ਚੜ੍ਹਦੀ ਟੀਵੀ ਮੈਂ ਹਾਂ ਕਮਲਦੀਪ ਕੌਰ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਿਆਸੀ ਆਗੂਆਂ ਦੀ ਟਵੀਟੋ ਵਾਰ ਯਾਨੀ ਟਵੀਟੋ ਟਵੀਟ ਸਿਆਸੀ ਆਗੂ ਹੋ ਰਹੇ ਨੇ। ਜਿਵੇਂ ਕਿ ਬੀਤੇ ਦਿਨੀ ਵਟਸਐਪ ਗਰੁੱਪ ਤੇ ਇੱਕ ਅਫਵਾਹ ਵਾਇਰਲ ਹੋਈ ਸੀ ਜਿਸ ਨੂੰ ਪੱਖ ਦੇ ਦੇਖ ਯਾਨੀ ਕਿ ਉਸ ਧੂਲ ਨੂੰ ਉਸ ਅੱਗ ਨੂੰ ਪੱਖ ਦੇ ਦੇਖਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਤੇ ਕਿਹਾ ਜਦੋਂ ਕਾਂਗਰਸ ਹਾਈਕਮਾਨ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ ਤਾਂ ਉਹਨਾਂ ਦਾ ਪਰਸ ਕਿਸਨੇ ਚੁੱਕਿਆ। ਨਾਲ ਹੀ ਉਹਨਾਂ ਤਿੰਨ ਨਾਂ ਦਾ ਜ਼ਿਕਰ ਕੀਤਾ ਕਿ ਚੰਨੀ, ਨਵਜੋਤ ਜਾਂ ਸੁਖੀ ਰੰਧਾਵਾ, ਕਿਉਂਕਿ ਇਹ ਤਿੰਨ ਅਜਿਹੇ ਸ਼ਖਸ ਨੇ ਜਿਨ੍ਹਾਂ ਕੋਲ ਰਾਹੁਲ ਗਾਂਧੀ ਦੇ ਨੇੜੇ ਜਾਣ ਦੀ ਜ਼ੈੱਡ ਸੁਰੱਖਿਆ ਦੁਆਰਾ ਇਜਾਜ਼ਤ ਸੀ। ਇਸੇ ਲੜੀ ਚ ਉਹਨਾਂ ਇਸ ਮਾਹੌਲ ਤੇ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਬੇਅਦਬੀ ਘਟਨਾਵਾਂ ਤੋਂ ਬਾਅਦ ਸਾਡੇ ਪਵਿੱਤਰ ਸਥਾਨ ਦਾ ਨਾਂ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼ ਹੈ। ਦਰਅਸਲ ਇਸ ਟਵੀਟ ਨੂੰ ਦੇਖਦੇ ਹੋਏ ਕਾਂਗਰਸੀ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਇਸ ਟਵੀਟ ਵਾਰ ਚ ਜਵਾਬ ਦਿੱਤਾ, ਪਲਟਵਾਰ ਕੀਤਾ ਤੇ ਕਿਹਾ ਹਰਸਿਮਰਤ ਜੀ ਜਦੋਂ ਅਜਿਹਾ ਹੋਇਆ ਹੀ ਨਹੀਂ ਤਾਂ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣਾ ਪਵਿੱਤਰ ਗੁਰੂ ਘਰ ਦੀ ਬੇਅਦਬੀ ਹੈ। ਚੁਣਾਵੇਂ ਵਿਰੁੱਧ ਚੱਲੂਗਾ ਪਰ ਤੁਹਾਨੂੰ ਜ਼ਿੰਮੇਵਾਰੀ ਸਿਆਣਪ ਦਿਖਾਉਣੀ ਚਾਹੀਦੀ ਹੈ। ਲਗਾਤਾਰ ਸੁਰਜੇਵਾਲਾ ਨੇ ਦਾਅਵਾ ਕੀਤਾ ਤੇ ਕਿਹਾ ਮੋਦੀ ਸਰਕਾਰ ਦੇ ਮੰਤਰੀ ਮੰਡਲ 'ਚ ਬੈਠ ਕੇ ਹਰਸਿਮਰਤ ਕੌਰ ਬਾਦਲ ਨੇ ਕਾਲੇ ਕਾਨੂੰਨਾਂ ਤੇ ਮੋਹਰ ਲਾਉਣਾ ਲਾਜ਼ਮੀ ਤੌਰ ਤੇ ਕਿਸਾਨਾਂ ਦੀਆਂ ਜੇਬਾਂ ਕੱਟਣ ਦੇ ਬਰਾਬਰ ਹੈ। ਇਹ ਵਾਰ ਤੁਹਾਨੂੰ ਦੱਸ ਦਈਏ ਕਿ ਇੱਕ ਅਫਵਾਹ ਨੂੰ ਦੇਖਦੇ ਹੋਏ ਸਾਬਕਾ ਕੇਂਦਰੀ ਮੰਤਰੀ ਨੇ ਟਵੀਟ ਕੀਤਾ ਤੇ ਉਸਦਾ ਜਵਾਬ ਉਸੇ ਵਕਤ ਕਾਂਗਰਸੀਆਂ ਵੱਲੋਂ ਦਿੱਤਾ ਗਿਆ। ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕ ਦੀਪੀ ਦੇ ਨਾਲ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। ਫ੍ਰੀ ਸੇਵਾ, ਫ੍ਰੀ ਸਮਾਧਾਨ, ਪਰੇਸ਼ਾਨ ਕਿਉਂ? ਦੀਨ ਦਿਆਲ ਸ਼ਰਮਾ। ਮੇਰੇ ਕੀਤੇ ਦੇ ਸਾਰੇ ਸਮਾਧਾਨ, ਕੋਈ ਕੱਟ ਨਹੀਂ ਸਕਦਾ। ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਗਾਰੰਟੀ ਨਾਲ ਪਰੇਸ਼ਾਨੀ ਤੋਂ ਹੋਵੋ ਮੁਕਤ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਵਿਦੇਸ਼ ਯਾਤਰਾ, ਵਸ਼ੀਕਰਨ ਜਾਂ ਕਾਲੇ ਜਾਦੂ ਦਾ ਖਾਤਮਾ, ਪਤੀ ਪਤਨੀ ਚੰਨਬਨ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਤੇ ਸੌਤਨ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਅੱਜ ਹੀ ਸੰਪਰਕ ਕਰੋ 8852830991।